ਸਬਜ਼ੀ ਨਹੀਂ ਕੱਟਣੀ ਆਉਂਦੀ? ਇੰਨੇ ਮੋਟੇ ਮੋਟੇ ਡੱਕਰੇ ਕੱਟੀ ਜਾਂਦੀ ਹੈ, ਇਹ ਬੰਦੇ ਨੂੰ ਖਵਾਉਣੀ ਹੈ ਪਸ਼ੂਆਂ ਨੂੰ ਖਵਾਉਣੀ ਹੈ? ਖਵਾਉਣੀ ਤਾਂ ਮੰਮੀ ਬੰਦਿਆਂ ਨੂੰ ਹੀ ਆ। ਜੇ ਬੰਦਿਆਂ ਨੇ ਖਾਣੀ ਹੈ ਤਾਂ ਭਾਰੀ ਥੋੜੀ ਬਰੀਕ ਕੱਟ ਲੈ, ਇੰਨੀ ਮੋਟੀ ਮੋਟੀ ਕੱਟੀ ਜਾਂਦੀ ਹੈ। ਔਖੀ ਨਾ ਹੋ, ਦੇਖ ਕਿਵੇਂ ਮਨ ਮਾਰ ਕੇ ਸਬਜ਼ੀ ਕੱਟਦੀ ਪਈ ਹੈ। ਨਾ ਹੋਰ ਕੀ ਕਰਾਂ, ਹਰ ਦੂਜੇ ਦਿਨ ਆਹੀ ਬਣਦੀ ਆ ਸਬਜ਼ੀ। ਐਂ ਤਾਂ ਹੈ ਨਹੀਂ ਵੀ ਕੋਈ ਨਵੀਂ ਸਬਜ਼ੀ ਲੈ ਆਈਏ, ਥੋੜੇ ਵਾਰੀ ਤਾਂ ਕਾਲ ਪੈ ਜਾਂਦਾ ਸਬਜ਼ੀਆਂ ਦਾ। ਜਦੋਂ ਦੇਖੋ ਘੀਆ ਤੋਰੀ ਘੀਆ ਤੋਰੀ। ਨਾ ਮੈਨੂੰ ਐਂ ਦੱਸ ਨਹੀਂ, ਘੀਆ ਖਾਣ 'ਚ ਖਰਾਬੀ ਕੀ ਹੈ? ਕੋਈ ਖਰਾਬੀ ਨਹੀਂ ਮੰਮੀ ਜੀ, ਬਸ ਰੋਜ਼ ਰੋਜ਼ ਖਾਣ 'ਚ ਖਰਾਬੀ ਆ, ਹੋਰ ਕੋਈ ਖਰਾਬੀ ਨਹੀਂ। ਘੀਆ ਨਾ ਸਾਰੇ ਘਰ 'ਚ ਖੁਸ਼ ਹੋ ਕੇ ਖਾ ਲੈਂਦੇ ਨੇ, ਇੱਕ ਤੇਰੀ ਨਹੀਂ ਗਲੇ ਤੋਂ ਉੱਤਰਦਾ। ਪਤਾ ਨਹੀਂ ਕੀ ਤੇਰੇ ਦੰਦੀ ਵੜਦਾ, ਮੈਂ ਖਾ ਲੈਂਦੀ ਹਾਂ ਨਾ ਨਖਰੇ ਕਰਦੀ ਹਾਂ। ਉਹ ਕੋਈ ਖੁਸ਼ ਹੋ ਕੇ ਨਹੀਂ ਖਾਂਦੀ, ਇਹ ਤਾਂ ਮਜਬੂਰੀ 'ਚ ਖਾਣਾ ਪੈਂਦਾ ਮੈਨੂੰ। ਅੱਛਾ, ਮੈਨੂੰ ਨਾ ਮਜਬੂਰੀ 'ਚ ਖਾਣੀ ਪੈਂਦੀ ਹੈ। ਨਹੀਂ ਨਾ ਖਾਇਆ ਕਰ, ਘੀਏ ਤੇ ਵੀ ਕਿਉਂ ਆਸਾਨ ਕਰਦੀ ਹੈ। ਨਹੀਂ ਲੰਘਦੀ ਤੇਰੇ, ਆਪਣੀ ਅੱਡ ਤੋਂ ਬਣਾ ਕੇ ਖਾ ਲਿਆ ਕਰ। ਆਹੋ, ਅੱਡ ਤੋਂ ਬਣਾ ਲਿਆ ਕਰ ਸਬਜ਼ੀ, ਆਹੀ ਤਾਂ ਮੈਨੂੰ ਕੰਮ ਰਹਿ ਗਿਆ। ਹੋਰ ਤਾਂ ਮੈਨੂੰ ਕੋਈ ਕੰਮ ਹੈ ਨਹੀਂ ਵੀ ਅੱਡੋ ਅੱਡੀ ਸਬਜ਼ੀਆਂ ਬਣਾ ਲਿਆ ਕਰ। ਸਾਰਾ ਦਿਨ ਤੁਹਾਨੂੰ ਤਾਂ ਆਏ ਆ ਵੀ ਬਸ ਰਸੋਈ 'ਚ ਖਪੀ ਜਾਵਾਂ ਮੈਂ। ਨਹੀਂ ਪੀਜ਼ਾ ਵਰਗ ਖਾਣ ਵਾਲੀਏ, ਤੈਨੂੰ ਕੀ ਪਤਾ ਕੱਦੂ 'ਚ ਕਿੰਨੇ ਗੁਣ ਹੁੰਦੇ ਨੇ, ਕਿੰਨਾ ਫਾਇਦਾ ਹੁੰਦਾ ਹੈਗਾ। ਜੇ ਤੈਨੂੰ ਪਤਾ ਹੁੰਦਾ ਮੇਰੇ ਅੱਗੇ ਚਬਰ ਚਬਰ ਨਾ ਬੋਲਦੀ ਤੂੰ। ਅੱਛਾ, ਕੀ ਫਾਇਦੇ ਨੇ ਇਸ ਕੱਦੂ ਦੇ? ਅੱਜ ਮੈਨੂੰ ਦੱਸ ਹੀ ਦਵੋ, ਮੈਨੂੰ ਵੀ ਪਤਾ ਲੱਗੇ, ਸਬਜ਼ੀ ਤਾਂ ਮੈਂ ਫਿਰ ਬਣਾ ਲੂੰਗੀ। ਲੈ ਸੁਣ, ਫਿਰ ਪਹਿਲਾ ਫਾਇਦਾ, ਕੱਦੂ ਨਾ ਬਾਜ਼ਾਰ 'ਚ ਸਾਰੀਆਂ ਸਬਜ਼ੀਆਂ ਨੂੰ ਸਸਤਾ ਹੁੰਦਾ, ਸਾਡੇ ਵਰਗਿਆਂ ਦਾ ਛੇਤੀ ਹਜ਼ਮ ਹੋ ਜਾਂਦਾ। ਅੱਛਾ, ਸਸਤਾ ਹੁੰਦਾ ਤਾਂ ਹੀ ਤਾਂ ਦੂਏ ਦਿਨ ਘਰੇ ਆ ਜਾਂਦਾ ਕੱਦੂ। ਨਹੀਂ ਸਸਤਾ ਕਰਕੇ ਨਹੀਂ ਲਿਆਉਂਦੀ ਮੈਂ, ਪਤਾ ਕੱਦੂ 'ਚ ਕਿੰਨੇ ਗੁਣ ਹੁੰਦੇ ਨੇਗੇ, ਵਿਟਾਮਿਨ ਹੁੰਦਾ, ਲੋਹਿਆ ਹੁੰਦਾ, ਲੋਕ ਤਾਂ ਜੂਸ ਕੱਢ ਕੱਢ ਪੀਂਦੇ ਨੇ। ਜੂਸ? ਉਹ ਵੀ ਘੀਏ ਦਾ? ਛੀ, ਕੌਣ ਪੀਂਦਾ ਹੋਊਗਾ, ਸਾਡੇ ਤਾਂ ਸਬਜ਼ੀ ਨਹੀਂ ਲੰਘਦੀ, ਜੂਸ ਕਿੱਥੋਂ ਲੰਘੂਗਾ? ਲੰਘਦਾ ਨਹੀਂ ਤੇਰੇ ਗਲੇ 'ਚੋਂ। ਆ ਜਿਹੜੀ ਐਡੀ ਵੱਡੀ ਢੋਲਕੀ ਕੱਢ ਕੇ ਬੈਠੀ ਹੋਈ ਹੈ, ਇਹ ਦੇਖੀ ਜੂਸ ਨਾਲ ਕਿਵੇਂ ਗਾਇਬ ਹੋ ਜੂਗੀ। ਕਿਉਂ ਮਜ਼ਾਕ ਕਰਦੇ ਹੋ ਮੰਮੀ? ਮੈਨੂੰ ਲੱਗਦਾ ਬੁਢਾਪੇ ਦਾ ਅਸਰ ਨਾ ਤੁਹਾਡੇ ਦਿਮਾਗ 'ਤੇ ਵੀ ਹੋਣ ਲੱਗ ਗਿਆ। ਆ ਢੋਲਕੀ ਨਾ ਆਏ ਨਾ ਘੱਟ ਹੋਣ ਲੱਗੀ, ਇਹ ਤਾਂ ਯੋਗਾ ਕਰਕੇ ਜਾਂ ਜਿਮ ਜੁਆਇਨ ਕਰਕੇ ਹੀ ਘੱਟ ਹੋਊਗੀ। ਅੱਛਾ, ਇਹ ਗੱਲ ਹੈ, ਤੂੰ ਸਾਰਾ ਦਿਨ ਫੋਨ ਤੇ ਜਾ ਟਿਊਬ ਦੇਖਦੀ ਹੈ ਨਾ? ਉਹ ਮੰਮੀ, ਜਾ ਟਿਊਬ ਨਹੀਂ, ਯੂਟਿਊਬ ਹੁੰਦਾ। ਆਹੋ, ਉਹੀ ਉਹੀ ਉਹ ਤੇ ਦੇਖ, ਮੇਰੇ 'ਚ ਤਾਂ ਯਕੀਨ ਹੈ ਨਹੀਂ, ਕੱਦੂ ਦੀ ਸਬਜ਼ੀ ਖਾਣਾ ਤੇ ਕੱਦੂ ਦਾ ਜੂਸ ਪੀਣਾ ਕਿੰਨੇ ਫਾਇਦੇ ਨੇਗੇ। ਚੱਕ ਫੋਨ, ਹੁਣੇ ਦੇਖ। ਦੇਖਦੀ ਹਾਂ। इसके जूस को बनाने के बाद इसमें आपको मैं बता दूं, बहुत परिमाण में इसमें विटामिन्स मिलता है, मिनरल। मम्मी, कद्दू दी सब्जी ते जूस दे तो बहुत फायदे ने, यूट्यूब वाले भी यही दस रहे ने जो तुसी मैनू दस्या सी, भी कद्दू दा जूस पीण नाल मोटापा घट हुंदा ते गर्मी च ना इह आपां नूं लू तों भी बचाउंदा। ਨਾ ਮੈਂ ਕਿਹੜਾ ਫਾਰਸੀ ਬੋਲਦੀ ਸੀ, ਮੈਂ ਵੀ ਤਾਂ ਇਹੀ ਕਹਿੰਦੀ ਸੀ ਭਾਈ ਕੱਦੂ ਦੀ ਸਬਜ਼ੀ ਖਾਣ ਨਾਲ ਬਹੁਤ ਫਾਇਦੇ ਹੁੰਦੇ ਨੇ। ਸੋਰੀ ਮੰਮੀ, ਹੁਣ ਨਾ ਮੈਨੂੰ ਤੁਹਾਡੀ ਗੱਲ ਸਮਝ ਆ ਗਈ। ਹੁਣ ਜਦੋਂ ਤੁਸੀਂ ਬਾਜ਼ਾਰ ਜਾਓਗੇ ਨਾ, ਅੱਧੇ ਕਿਲੋ ਕੱਦੂ ਦੀ ਜਗ੍ਹਾ ਨਾ 2 ਕਿਲੋ ਕੱਦੂ ਲੈ ਕੇ ਆਇਓ, ਮੈਂ ਤਾਂ ਡੇਲੀ ਕੱਦੂ ਦਾ ਜੂਸ ਕੱਢ ਕੇ ਪੀਊਂਗੀ। ਤੂੰ ਕੀ, ਤੇਰੇ ਨਾਲ ਨਾਲ ਮੈਂ ਵੀ ਪੀਊਂਗੀ। ਲਓ ਜੀ, ਮੈਨੂੰ ਤਾਂ ਸਮਝ ਆ ਗਈ ਵੀ ਕੱਦੂ ਦੇ ਕਿੰਨੇ ਫਾਇਦੇ ਨੇ, ਕਿੰਨਾ ਗੁਣਕਾਰੀ ਆ ਆਪਣੀ ਸਿਹਤ ਵਾਸਤੇ। ਤੁਸੀਂ ਖਾਣਾ ਕਦੋਂ ਸਟਾਰਟ ਕਰੋਗੇ ਕਮੈਂਟਾਂ 'ਚ ਜ਼ਰੂਰ ਦੱਸਿਓ, ਤੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਸਤਿ ਸ਼੍ਰੀ ਅਕਾਲ।